ਕਿਸੇ ਵੀ ਚੰਗੇ ਕੰਮ ਦੀ ਸ਼ੁਰੂਆਤ ਗੁਰੂ ਦਾ ਨਾਮ ਸਿਮਰਨ ਕਰਕੇ ਕੀਤੀ ਜਾਂਦੀ ਹੈ ਤਾਂ ਉਹ ਹਮੇਸ਼ਾ ਸਫਲ ਹੁੰਦਾ ਹੈ। ਅੱਜ ਦੇ ਸੰਸਕ੍ਰਿਤਿਕ ਪ੍ਰੋਗਰਾਮ ਦੀ ਸ਼ੁਰੂਆਤ ਵੀ ਅਸੀਂ ਪਰਮ ਪਿਤਾ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਕਰਨ ਜਾ ਰਹੇ ਹਾਂ। ਦੇਹ ਸ਼ਿਵਾ ਬਰ ਮੋਹ ਇਹ ਸ਼ੁਭ ਕਰ ਮਨ ਤੇ ਕਬੋ ਨਾ ਟਰੋ। ਦਸਮ ਪਿਤਾ ਦੀ ਇਸ ਬਾਣੀ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਸ਼ੁਭ ਕਰਮਾਂ ਨੂੰ ਕਰਨ ਲਈ ਵਰ ਮੰਗਿਆ ਗਿਆ ਹੈ। ਸਾਡੇ ਸਕੂਲ ਵੀ ਗੁਰੂ ਸਾਹਿਬ ਦਾ ਪਾਠ ਆਸਰਾ ਲੈ ਕੇ ਸ਼ੁਭ ਕਰਮਾਂ ਨੂੰ ਕਰਨ ਲਈ ਸਦਾ ਤਤਪਰ ਰਹਿੰਦੇ ਹਨ ਤੇ ਇਹ ਸੁਨੇਹਾ ਅਸੀਂ ਆਪਣੇ ਬੱਚਿਆਂ ਨੂੰ ਵੀ ਦਿੰਦੇ ਹਾਂ। ਨਿਸ਼ਚੇ ਵਿੱਚ ਹੀ ਜਿੱਤ ਹੈ ਇਹ ਸ਼ਬਦ ਪਿਛਲੇ 50 ਵਰ੍ਹਿਆਂ ਤੋਂ ਨਿਰੰਤਰ ਸਾਰੀਆਂ ਬ੍ਰਾਂਚਾਂ ਦੇ ਹਰ ਸਮਾਗਮ ਵਿੱਚ ਗਾ ਕੇ ਪਰਮਾਤਮਾ ਤੋਂ ਆਸੀਸ ਲਿੱਤੀ ਜਾਂਦੀ ਹੈ ਤੇ ਅੱਜ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਵੀ ਸਕੂਲ ਸ਼ਬਦ ਦੇਹ ਸ਼ਿਵਾ ਬਰ ਮੋਹ ਇਹ ਗਾ ਕੇ ਕੀਤੀ ਜਾ ਰਹੀ ਹੈ। ਆਓ ਅਸੀਂ ਸਾਰੇ ਗੁਰਬਾਣੀ ਦੇ ਰੰਗ ਵਿੱਚ ਰੰਗ ਆਪਣੇ ਜੀਵਨ ਨੂੰ ਸੁਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।